ਜੀ, ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਲੋਹੜੀ ਅਤੇ ਮਕਰ ਸੰਕ੍ਰਾਂਤੀ ਦਾ ਤਿਉਹਾਰ ਆਪਾਂ ਬੜੇ ਧੂਮਧਾਮ ਨਾਲ ਮਨਾ ਰਹੇ ਹਾਂ, ਅਤੇ ਜਲੰਧਰ ਪੁਲਿਸ ਕਮਿਸ਼ਨਰ ਵੱਲੋਂ ਵੀ ਸਾਰੇ ਹੀ ਸਿਟੀਜ਼ਨਸ ਨੂੰ ਬਹੁਤ ਬਹੁਤ ਇਹਦੀਆਂ ਵਧਾਈਆਂ ਮੁਬਾਰਕਾਂ। ਅਤੇ ਇਹਦੇ ਨਾਲ ਹੀ ਮੈਂ ਜਲੰਧਰ ਕਮਿਸ਼ਨਰੇਟ ਦੇ ਨਿਵਾਸੀਆਂ ਨੂੰ ਇਹ ਵੀ ਅਪੀਲ ਕਰਨੀ ਚਾਹੁੰਦਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਚਾਈਨੀਜ਼ ਡੋਰ ਦੀ ਬੜੀ ਯੂਜ਼ ਹੁੰਦਾ, ਅਤੇ ਜਿਹਦੇ ਨਾਲ ਕਿ ਜਿਹੜੇ ਟਰੈਵਲਰਸ ਹੈ, ਜਿਹੜੇ ਰਾਹਗੀਰ ਨੇ ਅਤੇ ਬੱਚੇ ਹੈ, ਉਹਨਾਂ ਦੀ ਹੈਲਥ 'ਤੇ ਇਹਦਾ ਕਾਫੀ ਭੈੜਾ ਇੰਪੈਕਟ ਪੈ ਸਕਦਾ, ਜਿਹਨੂੰ ਰੋਕਣ ਲਈ ਜਲੰਧਰ ਪੁਲਿਸ ਕਮਿਸ਼ਨਰੇਟ ਪੂਰੀ ਤਰ੍ਹਾਂ ਵਚਨਬੱਧ ਹੈ। ਅਤੇ ਇਸੇ ਲੜੀ ਦੇ ਵਿੱਚ ਕੱਲ੍ਹ ਰਾਮਾ ਮੰਡੀ ਥਾਣੇ ਦੇ ਵਿੱਚ 25 ਨੰਬਰ FIR ਦਰਜ ਹੋਈ ਹੈ, ਜਿਹਦੇ ਵਿੱਚ ਅਸੀਂ 10 ਗੱਟੇ ਜਿਹੜੇ ਹੈਗੇ ਨੇ ਚਾਈਨੀਜ਼ ਡੋਰ ਦੇ ਬਰਾਮਦ ਕੀਤੇ ਹਨ, ਅਤੇ ਇੱਕ ਅਕਿਊਜ਼ਡ ਰੋਹਿਤ ਨਾਮ ਦਾ ਅਕਿਊਜ਼ਡ ਹੈ, ਉਹ ਅਰੈਸਟ ਵੀ ਕੀਤਾ। ਅਤੇ ਇਸ ਸੰਬੰਧੀ ਸਾਡੇ 144 ਦੇ ਜਿਹੜੇ ਆਰਡਰਸ ਹੈ, ਜਿਹੜੇ ਪ੍ਰੋਹਿਬਿਟਰੀ ਆਰਡਰਸ ਹੈ, ਉਹ ਵੀ ਅਸੀਂ ਜਾਰੀ ਕੀਤੇ ਹੋਏ ਨੇ। ਮੈਂ ਤੁਹਾਡੇ ਮਾਧਿਅਮ ਰਾਹੀਂ ਫਿਰ ਸਾਰੇ ਇੱਕ ਵਾਰੀ ਇਹ ਸਾਰਿਆਂ ਨੂੰ ਅਗਾਹ ਵੀ ਕਰਨਾ ਚਾਹੁੰਦਾ, ਅਤੇ ਉਹਨਾਂ ਨੂੰ ਅਪੀਲ ਵੀ ਹੈ ਕਿ ਜਿਹੜੀ ਚਾਈਨੀਜ਼ ਡੋਰ ਦੀ ਵਰਤੋਂ ਹੈ ਕੰਪਲੀਟਲੀ ਪੰਜਾਬ ਸਰਕਾਰ ਵੱਲੋਂ ਬੈਂਡ ਹੈ, ਅਤੇ ਸਖ਼ਤ ਤੋਂ ਸਖ਼ਤ ਐਕਸ਼ਨ ਲਿੱਤਾ ਜਾਊਗਾ ਜਿਹੜੇ ਕੋਈ ਇਸ ਤਰ੍ਹਾਂ ਦੇ ਆਰਡਰਸ ਦੀ ਵਾਇਲੇਸ਼ਨ ਕਰਨਗੇ। ਸਰ, ਸ਼ਹਿਰ ਦੇ ਵਿੱਚ ਚਾਈਨਾ ਡੋਰ ਬਹੁਤ ਜ਼ਿਆਦਾ ਆਈ ਹੋਈ ਹੈ ਜੀ, ਹਰ ਬਾਜ਼ਾਰਾਂ ਦੇ ਵਿੱਚ ਸਟੋਰ ਕਰਕੇ ਰੱਖੀ ਹੋਈ ਹੈ, ਔਰ ਤੁਸੀਂ ਕਹੋ ਤਾਂ ਬਾਜ਼ਾਰਾਂ ਦੇ ਨਾਮ ਵੀ, ਤੁਸੀਂ ਅਗਰ ਤਹਿਕੀਕਾਤ ਕਰੋਗੇ ਤਾਂ ਕਾਫੀ ਤੁਹਾਨੂੰ ਡੋਰ ਜਿਹੜੀ ਹੈ ਸ਼ਹਿਰ ਦੇ ਵਿੱਚ ਮਿਲ ਜਾਏ ਜੀ। ਜਿਵੇਂ ਤੁਹਾਨੂੰ ਦੱਸਿਆ ਹੀ ਹੈ ਜੀ, ਅਸੀਂ ਪੂਰੀ ਤਰ੍ਹਾਂ ਇਸ ਜਿਹੜੀ ਇਹ ਮੈਨੇਸ ਹੈਗਾ, ਜਿਹੜਾ ਇਹ ਇੱਕ ਮਾੜੀ ਚੀਜ਼ ਹੈ, ਇਹਨੂੰ ਕਾਊਂਟਰ ਕਰਨ ਲਈ ਅਸੀਂ ਪੂਰੀ ਤਰ੍ਹਾਂ ਵਚਨਬੱਧ ਹੈ। ਅਸੀਂ ਟੀਮਸ ਵੀ ਬਣਾਈਆਂ ਹੋਈਆਂ ਨੇ ਸਪੈਸ਼ਲ, ਜਿਹੜੀ ਸਾਡੀ ਹੈ ਐਮਰਜੈਂਸੀ ਰਿਸਪੌਂਸ ਟੀਮਾਂ ਨੇ, ਉਹਨਾਂ ਦੇ ਧਿਆਨ 'ਚ ਆਪਾਂ ਲੈ ਕੇ ਹੋਏ, ਬਰੀਫ ਵੀ ਕੀਤਾ ਹੋਇਆ। ਅਤੇ ਇਸੇ ਸੰਬੰਧ ਦੇ ਵਿੱਚ ਕੱਲ੍ਹ ਵੀ ਜਿਵੇਂ FIR ਦਰਜ ਹੋਈ, ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁਸੀਂ ਦੇਖੋਗੇ ਕਾਰਵਾਈ ਇਸ ਪੱਖ ਲਈ ਅਸੀਂ ਬੜੇ ਮਤਲਬ ਸਟ੍ਰਿਕਟ ਹੈਗੇ ਹਾਂ। ਦੇਖੋ ਇਹਦੇ ਵਿੱਚ ਦੋ ਗੱਲਾਂ ਨੇ ਜੀ, ਮੈਂ ਤੁਹਾਨੂੰ ਦੱਸਦਾ ਕਿ ਪਹਿਲੀ ਗੱਲ ਤਾਂ ਜਿਹੜਾ ਆਪਾਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਵੀ ਇਹ ਅਪੀਲ ਕਰਦੇ ਹਾਂ ਕਿ ਆਪਾਂ ਖਰੀਦੀਏ ਵੀ ਨਾ, ਅਤੇ ਜੇ ਕੋਈ ਬੰਦਾ ਇਸ ਤਰ੍ਹਾਂ ਵੇਚ ਰਿਹਾ ਉਹਦੇ ਖਿਲਾਫ਼ ਤਾਂ ਸਖ਼ਤ ਤੋਂ ਸਖ਼ਤ ਐਕਸ਼ਨ ਹੈਗਾ ਹੀ ਹੈ। ਅਤੇ ਇਸ ਵਾਰ ਅਸੀਂ ਬੜੇ ਕਲੀਅਰ ਹੈਗੇ ਹਾਂ ਜੀ, ਇਕੱਲਾ 188 ਨਹੀਂ, ਹੋਰ ਅਸੀਂ ਜੇ ਸਾਨੂੰ ਧਿਆਨ 'ਚ ਆਇਆ ਕਿ ਕੋਈ ਜ਼ਿਆਦਾ ਮਾਤਰਾ ਦੇ ਵਿੱਚ ਹੈ, ਅਤੇ ਅਸੀਂ ਕੋਈ ਵੱਡੀ ਧਾਰਾ ਦੇ ਲਗਾਉਣ ਤੋਂ ਵੀ ਗੁਰੇਜ਼ ਨਹੀਂ ਕਰਾਂਗੇ। ਤੋ ਵੀ ਆਰ ਵੈਰੀ ਸਟ੍ਰਿਕਟ ਦਿਸ ਟਾਈਮ, ਕਿਉਂਕਿ ਇਹਦੇ ਨਾਲ ਦੇਖੋ ਸਿੱਧਾ ਇਹਦੇ ਨਾਲ ਲੋਕਾਂ ਦੀ ਹੈਲਥ 'ਤੇ ਅਤੇ ਲੋਕਾਂ ਦੀ ਜਾਨ ਮਾਲ 'ਤੇ ਖਤਰਾ ਹੁੰਦਾ। ਅਤੇ ਰੋਹਿਤ ਮੁੰਡਾ ਹੈਗਾ ਜੀ, ਨਹੀਂ ਇਹ ਦੁਕਾਨਦਾਰ ਹੈਗਾ ਜੀ, ਇਹ ਦੁਕਾਨ ਇਹਨੇ 10 ਗੱਟੇ ਜਿਹੜੇ ਸੀਗੇ ਇੱਥੋਂ ਰਿਕਵਰ ਹੋਏ ਨੇ, ਅਤੇ ਇਹ ਦੁਕਾਨਦਾਰ ਹੈਗੇ ਜੀ। ਕਿੱਥੇ ਹੈ ਜੀ? ਦਕੋਹੇ ਮੈਂ ਦੱਸ ਰਹੇ ਹੈਗੇ ਨੇ, ਦਕੋਹੇ ਦੁਕਾਨ ਹੈ। ਅਤੇ ਹੋਰ ਵੀ ਜਿਹੜੀ ਸਾਡੇ ਕੋਲ ਜਦੋਂ ਵੀ ਕੋਈ ਇਨਫੋਰਮੇਸ਼ਨ ਜਿਵੇਂ ਤੁਸੀਂ ਦੱਸਿਆ ਤੁਹਾਡੇ ਮਾਧਿਅਮ ਰਾਹੀਂ, ਜਾਂ ਹੋਰ ਵੀ ਜਿਹੜੇ ਜਦੋਂ ਇਹੋ ਜਿਹੀ ਇਨਫੋਰਮੇਸ਼ਨ ਆਏਗੀ ਅਗਲੇ ਆਉਣ ਵਾਲੇ ਦਿਨਾਂ 'ਚ, ਅਤੇ ਹਲੇ ਤਾਂ ਸੀਜ਼ਨ ਦੀ ਸ਼ੁਰੂਆਤ ਹੈ, ਅਤੇ ਤੁਸੀਂ ਦੇਖੋਗੇ FIR ਹੋਰ ਵੀ ਬਹੁਤ ਦਰਜ ਹੋਣਗੇ। ਦੇਖੋ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਜੀ, ਇਹ ਆਪਾਂ ਨੂੰ ਪਤਾ ਜੀ। ਨਹੀਂ ਬਿਲਕੁਲ, ਹਾਂ ਬਿਲਕੁਲ, ਜਿਹੜੀ ਗੱਲ ਤੁਸੀਂ ਪੁਆਇੰਟ ਆਊਟ ਕਰ ਰਹੇ ਹੋ, ਤੁਹਾਡੇ ਫਾਰਵਰਡ ਲਿੰਕੇਜਸ ਹੈ ਨਾ, ਵੀ ਜਿੱਥੋਂ ਬੈਕਵਰਡ ਲਿੰਕੇਜ ਜਿੱਥੋਂ ਆ ਰਹੀ ਹੈ, ਬਿਲਕੁਲ ਅਸੀਂ ਉੱਥੇ ਪਹੁੰਚਣ ਤੱਕ ਵੀ ਕੋਸ਼ਿਸ਼ ਕਰਾਂਗੇ, ਅਤੇ ਤਾਂ ਕਿ ਸਪਲਾਈ ਲਾਈਨ ਕੰਪਲੀਟਲੀ ਅਸੀਂ ਜਿਹੜੀ ਹੈ ਕੱਟ ਆਫ ਕਰ ਦਈਏ। ਨਹੀਂ ਫਿਲਹਾਲ ਇੱਕੋ ਹੀ ਬੰਦਾ ਹੈਗਾ, ਇਹਦਾ ਨਾਮ ਰਾਹੁਲ ਹੈਗਾ, ਰਾਹੁਲ ਸਨ ਆਫ ਚਰਨਜੀਤ ਹੈਗਾ, ਇਹ ਆਪਣੇ ਦਕੋਹੇ ਦਾ ਹੀ ਰਹਿਣ ਵਾਲਾ ਜੀ। ਜੀ ਜਿਹੜੀਆਂ ਸਾਡੀਆਂ ਐਮਰਜੈਂਸੀ ਰਿਸਪੌਂਸ ਟੀਮਸ ਹੈਗੀਆਂ ਨੇ, ਉਹਨਾਂ ਨੂੰ ਅਸੀਂ ਇਸ ਬਾਰੇ ਬਰੀਫ ਕੀਤਾ ਹੋਇਆ, ਅਤੇ ਉਹਨਾਂ ਨੂੰ ਸਖ਼ਤ ਹਿਦਾਇਤਾਂ ਦਿੱਤੀਆਂ ਹੋਈਆਂ ਨੇ ਕਿ ਜੇ ਕੋਈ ਵੀ ਇਨਫੋਰਮੇਸ਼ਨ ਆਉਂਦੀ ਹੈ ਤਾਂ ਇਮੀਡੀਏਟਲੀ ਵਿਦਇਨ ਨੋ ਟਾਈਮ ਉੱਥੇ ਪਹੁੰਚਣ, ਅਤੇ ਉਹ ਤੋਂ ਬਾਅਦ ਥਾਣੇ ਦੀ ਟੀਮਸ ਵੀ ਜਾਣਗੀਆਂ, ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ। ਨਹੀਂ ਐਕਸ਼ਨ ਤਾਂ ਜੀ ਤੁਹਾਡੇ ਸਾਹਮਣੇ ਹੀ ਹੈ, ਹੁਣ ਇੱਕ FIR ਲੌਂਚ ਕਰ ਦਿੱਤੀ ਹੈ, ਅਤੇ ਆਉਣ ਵਾਲੇ ਟਾਈਮ 'ਚ ਹੋਰ ਵੀ FIR ਦਰਜ ਕੀਤੀਆਂ ਜਾਣਗੀਆਂ, ਐਕਸ਼ਨ ਬਿਲਕੁਲ ਹੋਊਗਾ ਜੀ।